ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ, ਕੀ ਹਾਲ ਚਾਲ ਹੈ ਸਾਰਿਆਂ ਦੇ? ਉਮੀਦ ਕਰਦਾ ਸਾਰੇ ਠੀਕ ਹੋਣਗੇ। ਮੈਂ ਗੱਡੀ ਥੋੜ੍ਹੀ ਪਾਰ ਕਰ ਲਈ ਜੀ, ਆਇਓ ਜੀ, ਆਇਓ ਆਇਓ ਸਾਰੇ ਆਇਓ। ਸਤਿ ਸ਼੍ਰੀ ਅਕਾਲ ਬਾਈ ਜੀ, ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਹੈ? ਆਇਓ ਵੀਰੇ, ਜ਼ਰੂਰੀ ਗੱਲ ਕਰਨੀ ਥੋੜ੍ਹੇ ਸਾਰਿਆਂ ਨਾਲ, ਅਤੇ ਜਿੰਨੇ ਮੇਰੇ ਭਰਾ ਔਨਲਾਈਨ ਹਜੇ ਨਹੀਂ ਹੋਏ, ਜੇ ਟਾਈਮ ਲੱਗ ਰਿਹਾ ਉਹਨਾਂ ਨੂੰ, ਅਤੇ ਮਾੜਾ ਛੇਤੀ ਲਾਈਵ ਆ ਜਾਓ। ਜਿੰਨੇ ਵੀ ਚਾਹੁਣ ਵਾਲੇ ਨੇ, ਜਿੰਨੇ ਪਿਆਰ ਕਰਦੇ ਨੇ ਸਾਰੇ, ਜਿੰਨੇ ਮੇਰੇ ਮਾਨਸਾ ਤੋਂ ਨੇ, ਪੀ ਪੀ ਇਕੱਤੀ ਤੋਂ ਨੇ, ਸਾਰੇ ਜਾਣੇ ਨੇੜੇ ਤੇੜੇ ਪਿੰਡਾਂ ਵਾਲੇ ਨੇ, ਜਿੰਨੇ ਸਾਰੇ ਲਾਈਵ ਓਪਨ ਕਰ ਲਓ ਬਾਈ। ਤੁਹਾਡੇ ਸਾਰਿਆਂ ਦੇ ਲਈ ਇੱਕ ਜ਼ਰੂਰੀ ਸੂਚਨਾ, ਤੁਹਾਡੇ ਭਰਾ ਬੰਨੀਓ, ਜਿੰਨੇ ਵੀ ਜਾਣੇ ਪਿਆਰ ਕਰਦੇ ਆ, ਮਾੜਾ ਜਿਹਾ ਆਇਓ ਛੇਤੀ। ਹਾਂਜੀ ਵੀਰੇ, ਤੁਹਾਨੂੰ ਸਾਰਿਆਂ ਨੂੰ ਵੀ ਪਤਾ ਹੈਗਾ ਵੀ ਆਪਣੇ ਕਿਸਾਨਾਂ ਦਾ ਇੱਕ ਸੰਘਰਸ਼ ਚੱਲ ਰਿਹਾ ਹੈ ਨਾ। ਸਾਰਿਆਂ ਨੂੰ ਤੁਹਾਨੂੰ ਆਰਡੀਨੈਂਸ ਬਾਰੇ ਪਤਾ ਹੀ ਹੋਊ, ਐਮ ਐਸ ਪੀ ਬਾਰੇ ਪਤਾ ਹੋਣਾ ਸਾਰਿਆਂ ਨੂੰ, ਹੈ ਨਾ। ਵੀ ਮੈਨੂੰ ਆਪਣੇ ਕਿਸਾਨ ਵੀਰ ਭਰਾ, ਆਪਣੇ ਚਾਚੇ ਤਾਏ, ਹੈ ਨਾ, ਪਹੁੰਚ ਰਹੇ ਨੇ ਕਿਸਾਨ ਯੂਨੀਅਨ ਦੇ ਜਿੱਥੇ ਵੀ ਉਹਨਾਂ ਦਾ ਸੰਘਰਸ਼ ਚੱਲ ਰਿਹਾ, ਹੈ ਨਾ। ਐਮ ਐਸ ਪੀ ਜਿਹੜੀ ਉਹਨਾਂ ਨੇ ਤੋੜੀ ਹੈਗੀ ਸੈਂਟਰ ਸਰਕਾਰ ਨੇ, ਹੈ ਨਾ, ਅਤੇ ਇੱਕ ਬਿੱਲ ਪਾਸ ਕੀਤਾ ਹੈ। ਤੁਹਾਨੂੰ ਸਾਰਿਆਂ ਨੂੰ ਉਸ ਚੀਜ਼ ਬਾਰੇ ਤਾਂ ਪਤਾ, ਉਸ ਚੀਜ਼ ਬਾਰੇ ਦੁਹਰਾਉਣ ਦੀ ਲੋੜ ਨਹੀਂ ਹੈਗੀ। ਮੈਂ ਤੁਹਾਨੂੰ ਇਹ ਗੱਲ ਕਹਿ ਰਿਹਾ ਸੀ ਵੀ ਇਹ ਜਦੋਂ ਜਦੋਂ ਦਾ ਰੌਲਾ ਰੱਪਾ ਚੱਲ ਰਿਹਾ, 12-13 ਤਰੀਕ ਦਾ, ਸਾਡੇ ਵੀ ਧਿਆਨ ਸੀ, ਅਸੀਂ ਖੁਦ ਯਾਨੀ ਕਿ ਕਿਸਾਨ ਯੂਨੀਅਨ ਅਗਰਾਹਾਂ ਨੂੰ ਵੀ ਅਸੀਂ ਅਪਰੋਚ ਕੀਤਾ ਸੀਗਾ ਵੀ ਭਾਈ ਤੁਸੀਂ ਪਟਿਆਲੇ ਕਰ ਰਹੇ ਹੋ, ਬਹੁਤ ਵਧੀਆ, ਅਤੇ ਅਸੀਂ ਵੀ ਤੁਹਾਡੇ ਸੰਘਰਸ਼ ਦਾ ਹਿੱਸਾ ਬਣਨਾ ਚਾਹੁੰਦੇ ਹਾਂ ਅਤੇ ਅਸੀਂ ਪਹੁੰਚਣਾ ਚਾਹੁੰਦੇ ਹਾਂ। ਪਰ ਉਹਨਾਂ ਨੇ ਆਪਣੇ ਰੀਜ਼ਨ ਦਿੱਤੇ, ਉਹ ਕਹਿੰਦੇ ਵੀ ਅਸੀਂ ਐਂ ਕਰਕੇ ਵੀ ਠੀਕ ਹੈ ਜੀ, ਅਸੀਂ ਤੁਹਾਨੂੰ ਸਮਝਦੇ ਹਾਂ ਜੀ, ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੁਹਾਡਾ, ਪਰ ਵੀ ਸਾਡੇ ਕੋਲ ਉਹਨੇ ਪੁਖਤਾ ਪ੍ਰਬੰਧ ਨਹੀਂ, ਠੀਕ ਹੈ ਨਾ। ਅਸੀਂ ਚਲੋ ਉਹਨਾਂ ਦੀ ਅਸੀਂ ਵੀ ਇਹ ਸੋਚੋ ਕਿ ਸਾਡੀ ਕੋਈ ਪ੍ਰੋਬਲਮ ਵੱਧ ਨਾ ਜਾਵੇ, ਕੋਈ ਰੌਲਾ ਰੱਪਾ ਲੋਕਾਂ 'ਚ ਭਗਦੜ ਨਾ ਮੱਚ ਜਾ, ਜਾਂ ਐਵੇਂ ਨਾ ਹੋ ਜਾ, ਉਵੇਂ ਨਾ ਹੋ ਜਾਣ। ਮੈਂ ਚਲੋ ਠੀਕ ਹੈ ਯਾਰ, ਤੁਹਾਡਾ ਵੀ ਹੈ ਨਾ ਵੀ ਜ਼ਰੂਰੀ ਹੈ ਨਾ, ਇਹ ਵੀ ਚੀਜ਼ਾਂ ਠੀਕ ਨੇ, ਠੀਕ ਹੈ ਵੀ ਅਸੀਂ ਤੁਹਾਡੀ ਪ੍ਰੋਬਲਮ ਅੱਜ ਤਾਂ ਤੁਹਾਡਾ ਸਾਥ ਦੇਣਾ ਚਾਹੁੰਦੇ, ਤੁਹਾਡੀ ਪ੍ਰੋਬਲਮ ਨਹੀਂ ਵਧਾਉਣਾ ਚਾਹੁੰਦੇ, ਪਰ ਅਤੇ ਤੁਸੀਂ ਜੇ ਤੁਹਾਨੂੰ ਇਹ ਲੱਗਦਾ ਵੀ ਤੁਸੀਂ ਸਾਡੇ ਨਾਲ ਸਾਡੇ ਤੋਂ ਬਿਨਾਂ ਤੁਸੀਂ ਕਰ ਸਕਦੇ ਹੋ, ਮੈਂ ਠੀਕ ਹੈ, ਕੋਈ ਦਿੱਕਤ ਵਾਲੀ ਗੱਲ ਨਹੀਂ, ਹੈ ਨਾ। ਪਰ ਸਾਰਾ ਕੁਛ ਅਸੀਂ ਦੇਖ ਰਹੇ ਹਾਂ 10-15 ਦਿਨਾਂ ਤੋਂ, ਐਕਚੁਅਲ ਦੇ ਵਿੱਚ ਹੁਣ ਸਾਰੇ ਸੋਸ਼ਲ ਮੀਡੀਆ 'ਤੇ ਪੋਸਟਾਂ ਪਈ ਜਾਂਦੀਆਂ ਜੀ, ਐਂ ਕਰ ਰਹੇ ਕਿਸਾਨਾਂ ਦੇ ਹੱਕ 'ਚ ਨਹੀਂ ਖੜ ਰਹੇ, ਯਾਰ ਅਸੀਂ ਆਪ ਕਿਸਾਨ, ਪਹਿਲੀ ਗੱਲ ਤਾਂ, ਠੀਕ ਹੈ ਨਾ। ਵੀ ਜੇ ਤਾਂ ਅਸੀਂ ਕੋਈ ਦੂਜਾ ਤੀਜਾ ਸੀ, ਕੋਈ ਪਹਿਲੇ ਦਿਨ ਵੀ ਸਾਡੇ ਫੈਕਟਰੀਆਂ ਹੁਣ ਜੇ ਅਸੀਂ ਬਿਜ਼ਨਸ ਕਰਦੇ ਹੋਈਏ ਤਾਂ ਇਹ ਹੋਵੇ ਨਾ। ਸ਼ੁਰੂ ਤੋਂ ਦਾਦਾ ਵੀ ਖੇਤੀ ਕਰਦਾ ਰਿਹਾ, ਮੇਰਾ ਪਿਓ ਵੀ ਖੇਤੀ ਕਰਦਾ ਰਿਹਾ, ਹੁਣ ਮੈਂ ਆਪ ਕਰ ਰਿਹਾ ਐਜ਼ ਆ ਕਲਾਕਾਰ ਹੋ ਕੇ। ਇਹ ਕੋਈ ਇਹ ਤਾਂ ਇਹ ਨਹੀਂ ਵੀ ਕੋਈ ਜਾਂ ਕੋਈ ਆਪਾਂ ਦਿਖਾਉਣ ਦੇ ਕਿਸਾਨ ਹਾਂ ਜਾਂ ਕਹਿਣ ਦੇ ਕਿਸਾਨ ਹਾਂ ਜਾਂ ਦਿਖਾਵੇ ਦੇ ਕਿਸਾਨ ਹਾਂ, ਆਪਾਂ ਤਾਂ ਆਪ ਆਪਣੇ ਹੱਥਾਂ ਨਾਲ ਹੁਣ ਵੀ ਸਾਰਾ ਕੁਛ ਸੈੱਟ ਹੋਣ ਦੇ ਬਾਵਜੂਦ ਵੀ ਆਪਾਂ ਨੂੰ ਖੇਤੀ ਦਾ ਸ਼ੌਂਕ, ਆਪਾਂ ਨੂੰ ਚਾਅ ਹੈ ਉਸ ਚੀਜ਼ ਦਾ, ਹੈ ਨਾ। ਅਤੇ ਸਾਨੂੰ ਸ਼ਾਂਤੀ ਮਿਲਦੀ ਹੈ ਸਾਨੂੰ ਉਸ ਮਿੱਟੀ 'ਚ ਕੰਮ ਕਰਕੇ ਜਿਹੜੀ 'ਚ ਅਸੀਂ ਜੰਮੇ ਪਲੇ ਹਾਂ, ਹੈ ਨਾ। ਅਤੇ ਵੀ ਕੋਈ ਦਿੱਕਤ ਨਹੀਂ ਹੈਗੀ, ਹੈ ਨਾ ਯਾਰ। ਪਹਿਲੀ ਗੱਲ, ਡੇ 1 ਤੋਂ 12 ਤਰੀਕ ਤੋਂ ਜਿੱਦਣ ਦਾ ਰੌਲਾ ਚੱਲ ਰਿਹਾ ਸੀ, ਉੱਦਣ ਦੀ ਕਹਿਣ ਦੀ ਲੋੜ ਨਹੀਂ ਹੈਗੀ ਯਾਰ, ਸਾਡਾ ਫਰਜ਼ ਬਣਦਾ, ਹੈ ਨਾ, ਐਜ਼ ਅ ਸਿਟੀਜ਼ਨ, ਐਜ਼ ਅ ਕਿਸਾਨ, ਹੈ ਨਾ। ਜੇ ਸਾਡੇ ਯਾਨੀ ਕਿ ਸਾਡੇ ਨਾਲ ਕੋਈ ਵਧੀਆ ਕੀ ਕਰਦਾ, ਸਾਡਾ ਹੱਕ ਬਣਦਾ ਯਾਰ ਉੱਥੇ ਖੜਨ ਦਾ, ਹੈ ਨਾ। ਅਤੇ ਅਸੀਂ ਆਲਵੇਜ਼ ਖੜ੍ਹੇ ਹਾਂ, ਅਤੇ ਜੋ ਵੀ ਯਾਨੀ ਕਿ ਆਪਣੇ ਜਿਹੜੀ ਹੱਕਾਂ ਦੀ ਗੱਲ ਹੋਈ, ਜਿੱਥੇ ਵੀ ਸਾਨੂੰ ਖੜ੍ਹਨਾ ਪਿਆ ਸੀ, ਕਿਸੇ ਵੀ ਹੱਦ ਤੱਕ ਜਾਵਾਂਗੇ, ਹੈ ਨਾ। ਅਤੇ ਉਹ ਸਾਨੂੰ ਆਪਾਂ ਨੂੰ ਦੱਸਣ ਦੀ ਲੋੜ ਨਹੀਂ, ਹੈ ਨਾ। ਪਹਿਲੀ ਗੱਲ, ਮੇਰਾ ਕੁਛ ਸੁਭਾਅ ਇਹੋ ਜਿਹਾ ਵੀ ਮੈਂ ਪੋਸਟਾਂ ਪਾਉਣ ਦੇ ਵਿੱਚ ਜਾਂ ਕਾਗਜ਼ ਉੱਤੇ ਲਿਖ ਕੇ ਮੈਨੂੰ ਯਾਰ ਆਪ ਨੂੰ ਚੰਗਾ ਨਹੀਂ ਲੱਗਦਾ ਉਹ ਚੀਜ਼ਾਂ ਕਰਦੀਆਂ, ਹੈ ਨਾ, ਠੀਕ ਹੈ ਨਾ। ਵੀ ਜਿਹੜੀ ਜਿੱਥੇ ਜਿਹੜੀ ਚੀਜ਼ 'ਤੇ ਹੈਗੇ ਜਾਂ ਠੋਕ ਕੇ ਹੈਗੇ ਜਾਂ ਜਮੀ ਨਹੀਂ ਹੈਗੇ। ਅਤੇ ਮੈਂ ਤੁਹਾਨੂੰ ਇਹੀ ਕਹਿ ਰਿਹਾ ਸੀਗਾ ਵੀ ਕੋਈ ਤੁਸੀਂ ਇਹ ਨਾ ਸਮਝਿਆ ਕਰੋ ਵੀ ਜਾਂ ਕੋਈ ਯਾਰ ਕਿਸੇ ਨੇ ਪੋਸਟ ਨਹੀਂ ਪਾਈ ਜਾਂ ਉਹਦੇ ਮਨ ਦੇ ਵਿੱਚ ਕੁਛ ਹੈ ਨਹੀਂ ਜਾਂ ਕੁਛ ਹੋਰ ਨਹੀਂ ਹੈਗਾ। ਅਸੀਂ ਸਾਰੇ ਇਸ ਚੀਜ਼ ਨਾਲ ਇਹਦੇ ਨਾਲ ਖੜ੍ਹੇ ਹਾਂ। ਜੋ ਵੀ ਜੋ ਜਿੱਥੇ ਕਿਸਾਨਾਂ ਦੀ ਹੱਕਾਂ ਦੀ ਗੱਲ ਹੁੰਦੀ, ਅਸੀਂ ਆਪ ਕਿਸਾਨ ਹਾਂ, ਅਸੀਂ ਆਪ ਕਿਉਂ ਭੱਜਾਂਗੇ ਕਿਸੇ ਚੀਜ਼ ਤੋਂ ਬਈ, ਹੈ ਨਾ। ਦੂਜੀ ਗੱਲ,
मैं पोस्टा पास्टा पाने के बहुत बहुता यकीन नहीं रखता मेरा भरा, ठीक है ना। जिदन बैठा उदन सड़क से मूहरे होके आप बैठा, ठीक है ना। ना आप करे किसी के भी अपन ए पोस्टा पा के फोकी जब लोगों की सिंपथी के लिए मैं चीज़ नहीं करना चाहता, ठीक है ना। तो बाकी मैं थोड़ा इन्नी गल ही कहनी सी भी जिन्हें भी मेरे चाहन वाले ने, ठीक है, जिन्हें भी नेड़े तेड़े के लोग ने, मेरे एरिए लोग ने, पी वी कत्ती जिन्हें जिन्हें भी पिंड आ रहे ने, मैं लगता हूँ पिंडा की मैं गिनती नहीं होनी भी जिन्हें भी पिंड ने मानसा जिले के जिन्हें भी पिंड ने जोड़े भरा मेरे सुन रहे हो मेरा मैसेज सुन लो तो अगे भी मैसेज ला दौ, ठीक है। थोनों एक अद्धे दिन के ठीक है प्लैन दिता जाऊगा सारा कुछ, असी सारा प्रबंध कर रहे हैं तो असी आप थोड़े मूहरे लग के मैं तरूँगा, ठीक है। तो आप जिन्हें भी किसान भरा ने जिन्हें भी साढ़े पिंडों हो गए नाल के पिंड मेरे दोस्त मित्र हो गए असी आप संघर्ष शामिल हो रहे हैं, ठीक है ना। तो जिन्हें मैनू चाहन वाले ने मैं सारा यह हाथ जोड़ के बेनती करता भी जिते जड़े जड़े अजे तक नहीं आए तो वह घरों निकलो तो साढ़े नाल बैठो तो आप मानसा च बह के रोस प्रदर्शन करा सारे जने, ठीक है ना। बाकी प्रोग्राम डेट टाइम कितने सारा कुछ होगा वह सारा साड़ी प्रबंधकों नाल गल चल रही है वह सारा सूँ प्लैन करके असी एक थोड़े सामने इनफॉर्मेशन सारी प्रदान कर देंगे। पर जिन्हें भी मेरे भरा मैनू प्यार करते हैं जो सचों कहें भी हाँ इस तेन अपना भरा मानते हैं उस दिन उस टाइम पर जरूर पहुँचो सारे, ठीक है ना। बाकी सूँ जिन्ना भी प्रोग्राम हो अगला मैं थोड़ा आप ही बयान कर दूंगा सारा सिस्टम, ठीक है ना जी। तो बस ध्यान रखियो मैं हो सकता जो शाम के नेड़े तेड़े लाइव होव या कल सवेर के नेड़े तेड़े मैं सारी इनफॉर्मेशन थोड़े तक थोड़े ना शेयर कर दूँ सारी, ठीक है ना। तो जिन्हें भी प्यार कर दो मेरा भरा, ठीक है, ध्यान गल सुन लो तो साढ़ा साथ दौ, ठीक है। तो आप फिर थोड़ा अगली इनफॉर्मेशन सारी पास करते हैं, बाकी अपना ध्यान रखियो जी सारे, सत श्री अकाल जी।